ਯੂਰਪ ਦੇ ਸਲੋਵਾਕੀਆ ਦੇ ਵਿੱਚ ਟ੍ਰੇਨ ਅਤੇ ਬੱਸ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ। ਬੱਸ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ 5 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਟੱਕਰ ਤੋਂ ਬਾਅਦ ਟ੍ਰੇਨ ਦੇ ਅਗਲੇ ਹਿੱਸੇ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਰਾਜਧਾਨੀ ਬ੍ਰੈਟਿਸਲਾਵਾ ਤੋਂ ਲਗਭਗ 80 ਕਿਲੋਮੀਟਰ ਪੂਰਬ ਦੇ ਵਿੱਚ 9 ਜ਼ਖਮੀ ਸ਼ਹਿਰ ਨੇੜੇ ਵਾਪਰਿਆ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹ ਅਰਾਈਵਾ ਬੱਸ ਦੇ ਵਿੱਚ ਸਵਾਰ ਸਨ ਤੇ ਇਸ ਹਾਦਸੇ ਦੇ ਵਿੱਚ ਬੱਸ ਦੇ 2 ਟੁਕੜੇ ਹੋ ਗਏ। ਹਾਲਾਂਕਿ ਬਚਾਅ ਸੇਵਾਵਾਂ 'ਚ ਜੁਟੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਇਸ ਮੌਕੇ 5 ਐਂਬੂਲੈਂਸ ਗੱਡੀਆਂ ਅਤੇ 3 ਐਂਬੂਲੈਂਸ ਹੈਲੀਕਾਪਟਰ ਘਟਨਾ ਸਥਾਨ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ। ਇੱਕ ਵਿਅਕਤੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਬੱਸ ਦੇ ਵਿੱਚ ਪਹਿਲਾਂ ਇੱਕ ਵੱਡਾ ਧਮਾਕਾ ਹੋਇਆ, ਫਿਰ ਟ੍ਰੇਨ ਰੁਕ ਗਈ, ਜਿਸ ਤੋਂ ਬਾਅਦ ਉਹ ਆਪਣੀ ਟ੍ਰੇਨ ਦੇ ਵਿੱਚੋਂ ਉਤਰਨ ਦੇ ਵਿੱਚ ਕਾਮਯਾਬ ਹੋ ਗਏ ਅਤੇ ਜਦੋਂ ਉਹ ਉਤਰੇ ਤਾਂ ਰੇਲ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ। ਜਾਣਕਾਰੀ ਲਈ ਦੱਸ ਦਈਏ ਕਿ 200 ਲੋਕ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਅਤੇ ਬੱਸ ਦੇ ਵਿੱਚ 9 ਵਿਅਕਤੀ ਸਵਾਰ ਸਨ। ਤਾਂ ਯੂਰਪ ਦੇ ਸਲੋਵਾਕੀਆ ਦੇ ਵਿੱਚ ਟ੍ਰੇਨ ਅਤੇ ਬੱਸ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ। 6 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਲੋਕ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਮੌਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਟ੍ਰੇਨ ਦੇ ਇੰਜਣ ਨੂੰ ਭਿਆਨਕ ਅੱਗ ਲੱਗੀ ਹੈ।